अखौती नहंग की गिरफ्तारी करो, गिरफ्तार करो। माता जी जी बेद भी करने वाले अखौती नहंग की गिरफ्तारी करो, गिरफ्तार करो। जयकारा वीर बजरंगे, जयकारा वीर बजरंगे। ਜਸ਼ਮੀਨ ਜੀ ਕੀ ਸਮੱਸਿਆ ਤੁਹਾਡੀ? ਅੱਜ ਐਸ ਐਸ ਪੀ ਸਾਹਿਬ ਦੇ ਦਫ਼ਤਰ ਦੇ ਸਾਹਮਣੇ ਬੈਠੇ ਹਾਂ ਸਰ। ਅੱਜ ਜਿਹੜਾ ਅਸੀਂ ਸਾਰੇ ਪੰਜਾਬ ਦੇ ਵਿੱਚ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਵੱਲੋਂ ਸਾਡੇ ਰਾਜ ਪ੍ਰਮੁੱਖ ਯੋਗਰਾਜ ਸ਼ਰਮਾ ਅਤੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਬਿੱਲਾ ਜੀ ਦੀ ਅਗਵਾਈ ਦੇ ਵਿੱਚ ਅਸੀਂ ਸਾਰੇ ਪੰਜਾਬ ਦੇ ਵਿੱਚ ਅੱਜ ਇੱਕ ਜਿਹੜਾ ਭੁੱਖ ਹੜਤਾਲ ਰੱਖੀ ਹੈ ਇੱਕ ਦਿਨ ਦੀ, ਅਤੇ ਜਿਹੜੇ ਬੀਤੀ ਦਿਨੀ ਪਟਿਆਲਾ ਵਿਖੇ ਕਾਲੀ ਮਾਤਾ ਦੇ ਮੰਦਿਰ ਬੇਅਦਬੀ ਕੀਤੀ ਗਈ ਹੈ ਜੀ ਅਖੌਤੀ ਨਿਹੰਗਾਂ ਵੱਲੋਂ, ਅਤੇ ਉਹਦੇ ਵਿੱਚੋਂ ਸਾਡਾ ਜਿਹੜਾ ਇੱਕ ਬੰਦੇ ਦੇ ਵਿੱਚੋਂ ਕੋਈ ਸਾਨੂੰ ਕੋਈ ਗਲਤੀ ਨਜ਼ਰ ਆਈ ਤਾਂ ਤੁਰੰਤ ਪਾਰਟੀ ਨੇ ਉੱਪਰੋਂ ਹਾਈ ਕਮਾਂਡ ਨੇ ਉਹਨਾਂ ਨੂੰ ਜਿਹੜਾ ਪਾਰਟੀ ਤੋਂ ਬਰਖਾਸਤ ਕੀਤਾ। ਪਰ ਕੁਛ ਜਿਹੜਾ ਸਾਡਾ ਧਾਰਮਿਕ ਸਥਾਨ ਹੈ, ਦੇਖੋ ਧਾਰਮਿਕ ਸਥਾਨ ਸਾਰੇ ਸਾਂਝੇ ਹੁੰਦੇ ਆ, ਅਸੀਂ ਤਾਂ ਚਾਹੁੰਦੇ ਹਾਂ, ਸਾਡੀ ਸਭ ਪਾਰਟੀ ਚਾਹੁੰਦੀ ਹੈ ਸ਼ਿਵ ਸੈਨਾ ਵਾਲਾ ਸਾਹਿਬ ਠਾਕਰੇ ਵੀ ਪੰਜਾਬ ਦੇ ਅੰਦਰ ਹਿੰਦੂ ਸਿੱਖ ਭਾਈਚਾਰੇ ਦੀ ਹਰ ਧਰਮ ਦੇ ਅਸੀਂ ਸਤਿਕਾਰ ਕਰਦੇ ਹਾਂ ਔਰ ਸਾਡਾ ਭਾਈਚਾਰਾ ਬਣਿਆ ਰਹੇ। ਪਰ ਕੁਛ ਸ਼ਰਾਰਤੀ ਅਨਸਰ ਰਹਿ ਕੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਦੇ ਹੈ। ਇੱਕ ਦੇਖੋ ਆ, ਕਹਿਣ ਨੂੰ ਤਾਂ ਆਪਾਂ ਬਜ਼ੁਰਗ ਕਹਿ ਰਹੇ ਪਰ ਇਹ ਬਜ਼ੁਰਗ ਨਹੀਂ ਹੈ, ਇਹ ਅਖੌਤੀ ਨਹਾਂਗੇ ਇੱਕ ਨੇ ਜਿਹਨੇ ਮਾਤਾ ਦੇ ਬਾਰੇ ਬਹੁਤ ਜਿਹੜੀ ਮੰਦੀ ਜਿਹੜੀ ਸ਼ਤਾਬਦੀ ਵਰਤੀ ਹੈ, ਜਿਹਦੇ ਦੇ ਖਿਲਾਫ਼ ਪਰਚਾ ਤਾਂ ਹੋ ਗਿਆ ਪਰ ਇਹਦੀ ਗ੍ਰਿਫਤਾਰੀ ਨਹੀਂ ਹੋਈ ਹੈ। ਅਸੀਂ ਜਿਹੜਾ ਪ੍ਰਸ਼ਾਸਨ ਤੋਂ ਅਤੇ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹਦੀ ਤੁਰੰਤ ਗ੍ਰਿਫਤਾਰੀ ਕੀਤੀ ਜਾਵੇ। ਜਿਹੜਾ ਅਸੀਂ ਪਟਿਆਲੇ ਇੱਕ ਕਮਿਸ਼ਨਰ ਸਾਹਿਬ ਨੂੰ ਸਾਡੇ ਪੰਜਾਬ ਦੇ ਪ੍ਰਵਕਤਾ ਚੰਦਰ ਕਾਂਤ ਜੱਡਾ ਜੀ ਉਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਸੀਗਾ ਅਤੇ 4 ਦਿਨ ਦਾ ਪ੍ਰਸ਼ਾਸਨ ਨੇ ਸਾਡੇ ਤੋਂ ਟਾਈਮ ਮੰਗਿਆ ਸੀ। ਅੱਜ ਸਾਡਾ ਧਰਨੇ ਤੋਂ ਬਾਅਦ ਜੋ ਵੀ ਪਾਰਟੀ ਦਾ ਅਗਲਾ ਆਦੇਸ਼ ਹੋਏਗਾ ਅਸੀਂ ਉਸ ਹਿਸਾਬ ਨਾਲ, ਚਾਹੇ ਸਾਨੂੰ ਕੋਈ ਤਿੱਖਾ ਸੰਘਰਸ਼ ਕਰਨਾ ਪਏ ਅਸੀਂ ਕਰਾਂਗੇ। ਅਤੇ ਅੱਜ ਮੇਰੇ ਨਾਲ ਜਿਹੜੀ ਮੇਰੀ ਸਾਰੀ ਜ਼ਿਲ੍ਹੇ ਦੀ ਟੀਮ ਹੈ, ਮੈਂ ਅਸ਼ਵਨੀ ਸ਼ਰਮਾ ਪੰਜਾਬ ਪ੍ਰਵਕਤਾ ਬਾਲਾ ਸਾਹਿਬ ਠਾਕਰੇ, ਮੇਰੇ ਨਾਲ ਜ਼ਿਲ੍ਹਾ ਪ੍ਰਧਾਨ ਅਤੇ ਮੇਰੀ ਸਾਰੀ ਜਿਹੜੀ ਜ਼ਿਲ੍ਹੇ ਦੀ ਟੀਮ ਹੈ, ਮੇਰੇ ਯੁਵਾ ਸ਼ਿਵ ਸੈਨਿਕ ਹੈ ਜੀ ਉਹ ਹਾਜ਼ਰ ਹੈ ਜੀ।